ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਕਹਿੰਦੇ ਨੇ ਕਿਸੇ ਕੌਮ ਨੂੰ ਖਤਮ ਕਰਨਾ ਹੋਏ ਤੇ ਉਹਦੀ ਭਾਸ਼ਾ ਨੂੰ ਖਤਮ ਕਰ ਦਿਓ। ਜੇ ਭਾਸ਼ਾ ਖਤਮ ਹੋ ਗਈ ਤੇ ਕੌਮ ਆਪਣੇ ਆਪ ਆਹਿਸਤਾ ਆਹਿਸਤਾ ਖਤਮ ਹੁੰਦੀ ਚਲੀ ਜਾਂਦੀ ਹੈ। ਐਸਾ ਹੀ ਕੁਛ ਜਿਹੜਾ ਸਮੇਂ ਦੀ ਸਰਕਾਰਾਂ ਕਰਦੀਆਂ ਆ ਰਹੀਆਂ ਨੇ ਪੰਜਾਬੀ ਭਾਸ਼ਾ ਨਾਲ। ਜਦਕਿ ਅਗਰ ਅਸੀਂ ਦੇਖੀਏ ਪੂਰੇ ਸੰਸਾਰ ਭਰ ਵਿੱਚ 7,500 ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀ ਜਿਹੜੀ ਹੈ 10ਵੇਂ ਪਾਇਦਾਨ ਤੇ ਖੜੀ ਹੈ। ਲੇਕਿਨ ਇੱਥੇ ਭਾਰਤ ਦੇਸ਼ ਵਿੱਚ ਪੰਜਾਬੀ ਨਾਲ ਜਿਹੜਾ ਧੱਕਾ ਹੋ ਰਿਹਾ ਹੈ, ਨਾ ਸਿਰਫ ਪੰਜਾਬੀ ਨਾਲ ਉਰਦੂ ਔਰ ਸੰਸਕ੍ਰਿਤ ਨਾਲ ਵੀ ਧੱਕਾ ਹੋ ਰਿਹਾ, ਤੇ ਉਹ ਆਹਿਸਤਾ ਆਹਿਸਤਾ ਜਿਹੜੀ ਚੀਜ਼ ਹੈ ਉਹ ਪੰਜਾਬੀ ਨੂੰ ਖਤਮ ਕਰਦੀ ਜਾ ਰਹੀ ਹੈ। ਸਕੂਲਾਂ ਵਿੱਚ ਜਿਹੜੀ ਉਹਨੂੰ ਘਟਾਉਣਾ ਸ਼ੁਰੂ ਕਰ ਦਿੱਤਾ, ਰੋਜ਼ ਦੀ ਬੋਲਚਾਲ ਦੀ ਇੱਥੇ ਤੱਕ ਦੇਖਣ ਵਿੱਚ ਆਇਆ ਕਿ ਪੰਜਾਬ ਦੇ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਤੇ ਜਿਹੜੀ ਅਨਾਊਂਸਮੈਂਟ ਹੁੰਦੀ ਹੈ ਉਹ ਵੀ ਜਿਹੜੀ ਹਿੰਦੀ ਔਰ ਅੰਗਰੇਜ਼ੀ ਭਾਸ਼ਾ 'ਚ ਕੀਤੀ ਜਾ ਰਹੀ ਹੈ, ਪੰਜਾਬੀ ਉੱਥੇ ਨਹੀਂ ਕੀਤੀ ਜਾ ਰਹੀ। ਪੰਜਾਬ ਦੇ ਜਿਹੜੇ ਬੈਂਕ ਨੇ, ਸਰਕਾਰੀ ਬੈਂਕਾਂ ਵਿੱਚ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ, ਸਕੂਲਾਂ ਵਿੱਚ ਖਤਮ ਕੀਤਾ ਜਾ ਰਿਹਾ। ਜਿਹੜੇ ਨਿੱਜੀ ਸਕੂਲ ਨੇ, ਜਿਹੜੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਵਿੱਚ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ। ਇਹ ਸਭ ਤੋਂ ਜਿਹੜਾ ਧੱਕਾ ਹੋ ਰਿਹਾ ਇਸ ਚੀਜ਼ ਦੇ ਪਿੱਛੇ ਇਹ ਸਮੇਂ ਦੀਆਂ ਸਰਕਾਰਾਂ ਰਹੀਆਂ ਨੇ। ਉਸੀ ਤੇ ਅਸੀਂ ਇੱਕ ਪੂਰੀ ਇੱਕ ਸੀਰੀਜ਼ ਬਣਾ ਕੇ ਆਪ ਜੀ ਤੱਕ ਲੈ ਕੇ ਆਵਾਂਗੇ। ਕੋਸ਼ਿਸ਼ ਕਰਾਂਗੇ ਕਿ ਭਾਸ਼ਾ ਨਾਲ ਜੁੜੇ ਜਿੰਨੇ ਵੀ ਭਾਸ਼ਾਵਿਦ ਨੇ ਉਹਨਾਂ ਨੂੰ ਆਪ ਜੀ ਦੇ ਸਾਹਮਣੇ ਲੈ ਕੇ ਆਈਏ, ਚਾਹੇ ਉਹ ਪੰਜਾਬੀ ਭਾਸ਼ਾ ਦੇ ਹੋਣ, ਸੰਸਕ੍ਰਿਤ ਦੇ ਹੋਣ ਜਾਂ ਉਰਦੂ ਦੇ ਹੋਣ। ਗੱਲ ਕਰੀਏ ਉਰਦੂ ਭਾਸ਼ਾ ਦੀ। ਉਰਦੂ ਭਾਸ਼ਾ ਵੀ ਜਿਹੜੀ ਦਿੱਲੀ ਸਲਤਨਤ ਦੀ ਹੀ ਇੱਕ ਦੇਣ ਹੈ ਜੋ ਇਸ ਵਕਤ ਹੈ। ਸਨ 1206 ਤੋਂ ਲੈ ਕੇ 1526 ਦਿੱਲੀ ਦੀ ਸਲਤਨਤ ਜਦੋਂ ਸੀ ਉਸ ਵਕਤ ਉਰਦੂ ਭਾਸ਼ਾ ਹੋਂਦ ਵਿੱਚ ਆਈ। ਸ਼ੁਰੂ ਉਰਦੂ ਭਾਸ਼ਾ ਨੂੰ ਲਸ਼ਕਰੀ ਜ਼ਬਾਨ ਕਿਹਾ ਜਾਂਦਾ ਸੀ, ਜਿਹੜੀ ਬਾਅਦ ਵਿੱਚ ਉਰਦੂ ਦੇ ਨਾਂ ਤੋਂ ਪ੍ਰਚਲਿਤ ਹੋਈ। ਦਿੱਲੀ ਦੀ ਜੰਮੀ ਜਿਹੜੀ ਭਾਸ਼ਾ ਹੈ ਉਰਦੂ, ਉਹਨੂੰ ਦਿੱਲੀ 'ਚੋਂ ਹੀ ਖਤਮ ਕੀਤਾ ਜਾ ਰਿਹਾ ਹੈ। ਕਾਰਨ ਇੱਕ ਇਹ ਹੋ ਸਕਦਾ ਹੈ ਕਿ ਭਾਸ਼ਾ ਨੂੰ ਕਿਸੇ ਮਜ਼ਹਬ ਨਾਲ, ਕਿਸੇ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜੋ ਕਿ ਭਾਸ਼ਾ ਜਿਹੜੀ ਹੈ ਕਿਸੇ ਧਰਮ ਜਾਂ ਮਜ਼ਹਬ ਦੀ ਮੁਤਾਜ ਨਹੀਂ, ਫਿਰ ਵੀ ਜਿਹੜਾ ਹੈ ਉਹਦੇ ਨਾਲ ਜੋੜਿਆ ਜਾਂਦਾ ਹੈ। ਜੇ ਗੱਲ ਕਰੀਏ ਅਸੀਂ ਹੁਣ ਵਾਪਸ ਆਈਏ ਪੰਜਾਬੀ ਦੇ, ਪੰਜਾਬੀ ਜਿਹੜੀ ਸਿੱਖਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਮੁਖੀ ਲਿਪੀ ਹੈ, ਲੇਕਿਨ ਕੀ ਪੰਜਾਬੀ ਸਿਰਫ ਸਿੱਖ ਬੋਲਦੇ ਨੇ? ਜੇ ਗੱਲ ਕਰੀਏ ਪੰਜਾਬ ਦਾ ਦੂਸਰਾ ਹਿੱਸਾ ਜਿਹੜਾ ਪਾਕਿਸਤਾਨ ਵਿੱਚ, ਉੱਥੇ ਮੁਸਲਿਮ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ੀ ਹੈ। ਮਿੱਠੀ ਪੰਜਾਬੀ ਜਿਹੜੀ ਹੈ ਉਹ ਉੱਥੇ ਰਹਿ ਗਈ ਹੈ। ਪੰਜਾਬ ਵਿੱਚ ਜਿਹੜੇ ਭਾਰਤ ਦਾ ਹਿੱਸਾ ਇਸ ਵਕਤ ਪੰਜਾਬ, ਉਸ ਪੰਜਾਬ ਵਿੱਚ ਵਸਦੇ ਪੰਜਾਬ ਵਿੱਚ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ ਬਹੁਤ ਵੱਡੀ ਤਾਦਾਦ ਵਿੱਚ ਪੰਜਾਬੀ ਬੋਲਦਾ ਹੈ। ਹਰਿਆਣੇ ਵਿੱਚ ਬਹੁਤ ਵੱਡਾ ਤਬਕਾ ਜਿਹੜਾ ਹੈ ਗੈਰ ਸਿੱਖ ਤਬਕਾ ਪੰਜਾਬੀ ਬੋਲਦਾ ਹੈ। ਦਿੱਲੀ ਵਿੱਚ ਆਈਏ, ਦਿੱਲੀ ਵਿੱਚ ਵੀ ਪੰਜਾਬੀ ਜਿਹੜੀ ਹੈ ਬਹੁਤ ਵੱਡੇ ਤਬਕੇ ਵੱਲੋਂ, ਜਿਹੜੇ ਕਿ ਸਿੱਖ ਨਹੀਂ ਨੇ। ਮੈਂ ਫਿਰ ਇੱਥੇ ਇਸ ਗੱਲ ਨੂੰ ਕਹਿਣਾ ਚਾਹਾਂਗਾ ਕਿ ਭਾਸ਼ਾ ਜਿਹੜੀ ਹੈ ਉਹ ਕਿਸੇ ਮਜ਼ਹਬ ਨਾਲ ਇਕੱਲੀ ਨਾ ਜੋੜੀਏ। ਦਿੱਲੀ ਵਿੱਚ ਬਹੁਤ ਵੱਡਾ ਹਿੰਦੂ ਭਾਈਚਾਰਾ ਜਿਹੜਾ ਹੈ ਪੰਜਾਬੀ ਬੋਲਦਾ ਹੈ। ਸੋ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਵਰਲਡ ਦੀ ਟੌਪ 10 ਲੈਂਗੁਏਜ ਜਿਹੜੀ ਹੈ ਉਹਨਾਂ ਚ ਆਉਂਦੀ ਹੈ। ਇਹਦੇ ਅਗਰ ਕਿਸੇ ਨੂੰ ਸ਼ੱਕ ਹੋਏ ਤਾਂ ਤੁਸੀਂ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ, ਵਿਕੀਪੀਡੀਆ 'ਤੇ ਸਰਚ ਕਰ ਸਕਦੇ ਹੋ। ਪੰਜਾਬੀ ਜਿਹੜੀ ਵਰਲਡ ਦੀ ਟੌਪ 10 ਲੈਂਗੁਏਜ ਵਿੱਚ ਆਉਂਦੀ ਹੈ ਔਰ 10ਵੇਂ ਪਾਇਦਾਨ 'ਤੇ 10ਵੀਂ ਹੀ ਭਾਸ਼ਾ ਹੈ। ਇਸੀ ਨੂੰ ਲੈ ਕੇ ਅਸੀਂ ਇੱਕ ਸੀਰੀਜ਼ ਬਣਾਉਣ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਵੱਖ ਵੱਖ ਭਾਸ਼ਾਵਾਂ ਦੇ ਜਿਹੜੇ ਜੁੜੇ ਹੋਏ ਲੋਕ ਨੇ, ਵੱਖ ਵੱਖ ਸੰਸਥਾਵਾਂ ਦੇ ਲੋਕ ਨੇ, ਉਹਨਾਂ ਨੂੰ ਆਪ ਜੀ ਦੇ ਸਾਹਮਣੇ ਲੈ ਕੇ ਆਵਾਂਗੇ। ਬਹੁਤ ਜਲਦ ਵਰਲਡ ਸਿੱਖ ਅਪਡੇਟਸ ਆਪ ਜੀ ਦੇ ਸਾਹਮਣੇ ਭਾਸ਼ਾ ਦੇ ਮੁੱਦੇ ਨੂੰ ਬੜੇ ਜ਼ੋਰ ਸ਼ੋਰ ਨਾਲ ਲੈ ਕੇ ਆ ਰਿਹਾ ਹੈ। ਇੰਤਜ਼ਾਰ ਕਰੋ, ਬਹੁਤ ਜਲਦ ਆਪ ਜੀ ਨਾਲ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।